ਸ਼ੈਲੀ ਉਹ ਡੈਕੋਰੇਸ਼ਨ ਵਾਲੇ ਨੂੰ ਕਰਤਾ ਤੀ ਫੋਨ? ਹਾਂਜੀ ਮੰਮੀ। ਮੇਰੀ ਨਾ ਗੱਲ ਸੁਣ ਲਾ ਧਿਆਨ ਨਾਲ, ਪਾਰਟੀ 'ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਮੰਮੀ ਉਹ ਤਾਂ ਠੀਕ ਆ, ਪਰ ਮੈਂ ਐਂ ਕਹਿੰਦੀ ਸੀ ਵੀ ਪਾਰਟੀ 'ਤੇ ਇੰਨਾ ਖਰਚਾ ਕਰਨ ਦੀ ਕੀ ਲੋੜ ਆ? ਕਿਉਂ ਨਹੀਂ ਲੋੜ? ਮੇਰੇ ਪੋਤੇ ਦਾ ਜਨਮ ਦਿਨ ਆ, ਨਾਲੇ ਇੱਕ ਗੱਲ ਹੋਰ, ਆਪਦੀ ਮਾਂ ਨੂੰ ਕਹਿ ਦੀ ਸੋਨੇ ਦੀ ਚੇਨੀ ਬਣਵਾ ਕੇ ਲਿਆਵੇ, ਐਵੇਂ ਨਾ ਕਿਤੇ ਮੇਰੀ ਨੱਕ ਨਾ ਕਟਵਾ ਦੇਵੇ। ਮੰਮੀ ਮੈਂ ਉਹਨਾਂ ਨੂੰ ਇਹ ਕਿਵੇਂ ਕਹਿ ਸਕਦੀ ਹਾਂ ਵੀ ਉਹ ਸੋਨੇ ਦੀ ਚੇਨ ਲੈ ਆਉਣ? ਕਿਉਂ ਕਿਉਂ ਨਹੀਂ ਤੂੰ ਕਹਿ ਸਕਦੀ? ਨਹੀਂ ਮੇਰਾ ਪੋਤਾ ਉਹਨਾਂ ਦਾ ਕੁਛ ਨਹੀਂ ਲੱਗਦਾ, ਜਿਹੜਾ ਉਹ ਇੰਨਾ ਕੁ ਵੀ ਨਹੀਂ ਕਰ ਸਕਦੇ। ਨਾਲੇ ਨਾ ਖਾਣ ਪੀਣ ਦੇ ਸਮਾਨ 'ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ, ਤੈਨੂੰ ਪਤਾ ਹੀ ਆ ਮੇਰੇ ਭਰਾਵਾਂ ਨੂੰ ਨਾ ਕਿੰਨਾ ਖਾਣ ਪੀਣ ਦਾ ਸ਼ੌਂਕ ਆ। ਠੀਕ ਆ ਮੰਮੀ ਜੀ, ਤੁਸੀਂ ਫਿਕਰ ਨਾ ਕਰੋ, ਮੈਂ ਖਾਣ ਪੀਣ ਦਾ ਖਾਸ ਧਿਆਨ ਰੱਖੂੰਗੀ। ਜੇ ਇਹਦੀ ਮਾਂ ਚੇਨ ਨਾ ਲੈ ਕੇ ਆਈ, ਉਹਨਾਂ ਨੇ ਤਾਂ ਮੇਰੀ ਰਿਸ਼ਤੇਦਾਰਾਂ 'ਚ ਥੂ ਥੂ ਕਰਾ ਦੇਣੀ ਹੈ। ਰੁਕ ਸ਼ੈਲੀ, ਮੇਰੇ ਸਾਹਮਣੇ ਆਪਦੀ ਮਾਂ ਨੂੰ ਫੋਨ ਕਰਕੇ ਕਹਿ ਉਹ ਸੋਨੇ ਦੀ ਚੇਨੀ ਲੈ ਕੇ ਆਉਣਗੇ। ਮੰਮੀ ਹੁਣੇ? ਹਾਂ ਹੁਣੇ, ਫੰਕਸ਼ਨ 'ਚ ਤਾਂ 2 ਦਿਨ ਰਹਿ ਗਏ, ਜੇ ਤੂੰ ਪਹਿਲਾਂ ਫੋਨ ਕਰ ਦੇਗੀ ਥੋੜ੍ਹੀ ਚੱਜ ਦੀ ਬਣਵਾ ਲਿਆਉਣਗੇ ਉਹ। ਠੀਕ ਆ ਮੰਮੀ ਜੀ, ਮੈਂ ਕਰਦੀ ਹਾਂ ਫੋਨ। ਕਰਦੀਆਂ ਨਹੀਂ, ਆ ਫੜ ਫੋਨ ਮੇਰੇ ਸਾਹਮਣੇ ਕਰ। ਹੈਲੋ ਮੰਮੀ। ਹਾਂ ਪੁੱਤ, ਕੀ ਹਾਲ ਚਾਲ ਨੇ? ਮੰਮੀ ਵਧੀਆ। ਨਹੀਂ ਤੈਂ ਜਿਹੜੀ ਗੱਲ ਕਰਨੀ ਹੈ ਨਾ ਪਹਿਲਾਂ ਉਹ ਕਰ, ਉਹੀ ਨਾ ਉਰਲੀਆਂ ਪਰਲੀਆਂ ਮਾਰੀ ਚੱਲ। ਮੰਮੀ ਸਾਹਿਬ ਦੇ ਜਨਮ ਦਿਨ 'ਤੇ ਨਾ ਤੁਸੀਂ? ਹਾਂ ਪੁੱਤ, ਕੀ? ਫੜਾ ਇੱਧਰ ਫੋਨ, ਤੂੰ ਨਹੀਂ ਕਰਦੀ ਗੱਲ। ਹਾਂਜੀ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਤਾਂ ਠੀਕ ਆ ਭੈਣ ਜੀ, ਮੇਰੀ ਗੱਲ ਸੁਣੋ ਤੁਸੀਂ ਧਿਆਨ ਨਾਲ, ਮੇਰੇ ਪੋਤੇ ਨੂੰ ਨਾ ਉਹਦੇ ਜਨਮ ਦਿਨ 'ਤੇ ਤੁਸੀਂ ਸੋਨੇ ਦੀ ਚੇਨ ਪਾਉਣੀ ਆ। ਮੈਂ ਨਾ ਭੈਣ ਜੀ ਘਰ 'ਚ ਵੱਡਾ ਫੰਕਸ਼ਨ ਰੱਖਿਆ, ਸਾਰੇ ਰਿਸ਼ਤੇਦਾਰ ਵੀ ਆਏ ਹੋਣਗੇ, ਤੁਸੀਂ ਖਾਲੀ ਹੱਥਾਂ ਦੇ ਚੰਗੇ ਨਹੀਂ ਲੱਗਦੇ ਭੈਣ ਜੀ। ਆ ਲਓ ਕਰ ਲਓ ਤੁਸੀਂ ਆਪਦੀ ਧੀ ਨਾਲ ਗੱਲ। ਮੰਮੀ। ਪੁੱਤ ਆ ਤੇਰੀ ਸੱਸ ਕੀ ਕਹਿ ਰਹੀ ਹੈ? ਮੰਮੀ ਮੰਮੀ ਨੇ ਨਾ ਘਰ ਸਾਹਿਬ ਦੇ ਜਨਮ ਦਿਨ ਦੀ ਪਾਰਟੀ ਰੱਖੀ ਆ, ਤੁਸੀਂ ਨਾ ਸਾਹਿਬ ਲਈ ਚੇਨ ਬਣਵਾ ਲਿਆ ਹੋ। ਪੁੱਤ ਮੈਂ ਤੇਰੇ ਨਾਲ ਨਾ ਗੱਲ ਹੀ ਕਰਨੀ ਸੀਗੀ, ਸਾਥੋਂ ਨਾ ਸਾਹਿਬ ਦੇ ਜਨਮ ਦਿਨ 'ਤੇ ਆਇਆ ਨਹੀਂ ਜਾਣਾ, ਤੇਰੇ ਵੀਰੇ ਦੀ ਨਾ ਤਬੀਅਤ ਖਰਾਬ ਹੈਗੀ। ਮੰਮੀ ਕੀ ਹੋਇਆ ਵੀਰੇ ਨੂੰ? ਕੁਛ ਨਹੀਂ ਪੁੱਤ, ਕਈ ਦਿਨਾਂ ਤੋਂ ਬੁਖਾਰ ਚੜ੍ਹ ਰਿਹਾ ਸੀ, ਜਦੋਂ ਉਹ ਠੀਕ ਹੋ ਜੂ ਨਾ ਅਸੀਂ ਗੇੜਾ ਮਾਰ ਜਾਵਾਂਗੇ। ਠੀਕ ਆ ਮੰਮੀ ਜੀ। ਕੀ ਹੋਇਆ ਹੁਣ, ਕੀ ਕਹਿੰਦੀ ਹੈ ਤੇਰੀ ਮਾਂ? ਮੰਮੀ ਮੇਰੇ ਮੰਮੀ ਹੁਣੀ ਨਹੀਂ ਆ ਸਕਦੇ ਪਾਰਟੀ 'ਤੇ, ਉਹ ਕਹਿੰਦੇ ਮੇਰੇ ਵੀਰੇ ਦੀ ਤਬੀਅਤ ਨਹੀਂ ਠੀਕ। ਆਹੋ ਸੋਨੇ ਦੀ ਚੇਨ ਦਾ ਨਾਂ ਸੁਣ ਕੇ ਹੀ ਉਹਨਾਂ ਦੀ ਤਬੀਅਤ ਖਰਾਬ ਹੋ ਗਈ? ਮੇਰਾ ਹੀ ਦਿਮਾਗ ਖਰਾਬ ਹੋਇਆ ਹੋਇਆ ਸੀ ਜਿਹੜਾ ਮੈਂ ਉਹਨਾਂ ਨੰਗਾ ਮਲੰਗਾ ਨੂੰ ਨਾ ਸੋਨੇ ਦੀ ਚੇਨ ਲਿਆਉਣ ਨੂੰ ਕਹਿਤਾ। ਮੰਮੀ ਹਰ ਵਾਰ ਤਾਂ ਮੇਰੇ ਮੰਮੀ ਹੁਣੀ ਇੰਨਾ ਕੁਛ ਕਰਕੇ ਜਾਂਦੇ ਨੇ, ਜੇ ਇੱਕ ਵਾਰੀ ਉਹਨਾਂ ਨੇ ਮਨਾ ਕਰਤਾ ਫਿਰ ਕੀ ਹੋ ਗਿਆ? ਨਹੀਂ ਹੋ ਗਿਆ ਤੇਰੀ ਮਾਂ ਦਾ ਸਿਰ। ਉਹ ਬਸ ਕਰੋ ਮੰਮੀ, ਮੈਂ ਨਾ ਕਦੋਂ ਦੀਆਂ ਤੁਹਾਡੀਆਂ ਗੱਲਾਂ ਸੁਣ ਰਿਹਾ। ਆ ਜਾ ਹੁਣ ਤੂੰ ਵੀ ਬੋਲ ਲਾ, ਤੇਰੀ ਉਹ ਕਸਰ ਰਹਿ ਗਈ ਸੀ। ਮੰਮੀ ਮੈਨੂੰ ਐਂ ਦੱਸੋ, ਹਰ ਵਾਰ ਜ਼ਰੂਰੀ ਤਾਂ ਨਹੀਂ ਵੀ ਕੋਈ ਵੀ ਫੰਕਸ਼ਨ ਹੋਵੇ
ਇਹਦੇ ਮਾਂ ਬਾਪ ਕੁਛ ਨਾ ਕੁਛ ਕਰਕੇ ਹੀ ਲੈ ਕੇ ਆਉਣ। ਬੇ ਇਹਦੇ ਮਾਂ ਬਾਪ ਤਾਂ ਹੈ ਹੀ ਇਹੋ ਜਿਹੇ ਨੇ, ਜੇ ਮੈਂ ਕੁਛ ਨਾ ਮੰਗਾ ਨਾ ਉਹ ਤਾਂ ਕੁਛ ਦੇਣ ਹੀ ਨਾ। ਇਸ ਵਾਰ ਨਾ ਸੋਨੇ ਦੀ ਚੇਨ ਲਿਆਉਣ ਦੇ ਮਾਰਿਆ ਨੇ ਇੱਕ ਹੀ ਨਵਾਂ ਬਹਾਨਾ ਬਣਾਤਾ ਵੀ ਇਹਦਾ ਭਰਾ ਬਿਮਾਰ ਆ ਤਾਂ ਨਹੀਂ ਆ ਸਕਦੇ। ਮੰਮੀ ਮੈਨੂੰ ਐਂ ਦੱਸੋ, ਇਹਦੇ ਪੇਕੇ ਕੀ ਲੋਹੇ ਦੇ ਬਣੇ ਹੋਏ ਨੇ ਵੀ ਉਹਨਾਂ ਨੂੰ ਕੋਈ ਬਿਮਾਰੀ ਠਮਾਰੀ ਨਹੀਂ ਲੱਗਣੀ? ਉਹ ਵੀ ਇਨਸਾਨ ਨੇ, ਬਿਮਾਰੀ ਠਮਾਰੀ ਤਾਂ ਆਉਂਦੀ ਜਾਂਦੀ ਵੀ ਰਹਿੰਦੀ ਹੈ। ਤੂੰ ਤਾਂ ਪੱਖ ਉਹਨਾਂ ਦਾ ਲੈਣਾ ਹੀ ਆ, ਤੇਰੇ ਸਹੁਰੇ ਜਿਉਂ ਨੇ ਉਹ, ਤੂੰ ਉਹਨਾਂ ਬਾਰੇ ਨਹੀਂ ਕੁਛ ਸੁਣ ਸਕਦਾ। ਨਾਲੇ ਮੈਂ ਨਾ ਕੁਛ ਜ਼ਿਆਦਾ ਨਹੀਂ ਸੀ ਮੰਗਿਆ, ਤੁਹਾਡਾ ਮਾਮਾ ਵੀ ਤਾਂ ਜਦੋਂ ਤੁਹਾਡੇ ਜਨਮ ਦਿਨ 'ਤੇ ਆਉਂਦਾ ਸੀ ਤਾਂ ਕੁਛ ਨਾ ਕੁਛ ਟੂਮ ਪਾ ਕੇ ਹੀ ਜਾਂਦਾ ਸੀ, ਹੁਣ ਵੀ ਜਦੋਂ ਆਉਂਦਾ ਕਿਸੇ ਫੰਕਸ਼ਨ 'ਤੇ ਤਾਂ 2100 ਤੋਂ ਘੱਟ ਨਹੀਂ ਦੇ ਕੇ ਜਾਂਦਾ। ਉਹ ਪੈਸਾ ਹਰੇਕ ਥਾਂ ਨਹੀਂ ਕੰਮ ਆਉਂਦਾ, ਜੇ ਕੰਮ ਆਉਂਦੇ ਨੇ ਤਾਂ ਆਪਦੇ ਹੀ ਆਉਂਦੇ ਨੇ, ਜੇ ਆਪਾਂ ਆਪਦਿਆਂ ਨਾਲ ਹੀ ਵਿਗਾੜ ਲਾਂਗੇ ਤਾਂ ਦੁਖਦੇ ਸੁਖਦੇ ਆ ਕੇ ਕੌਣ ਖੜੂ ਆਪਣੇ। ਨਾਲੇ ਮੰਮੀ ਰਹੀ ਗੱਲ ਗਿਫਟਾਂ ਦੀ ਅਤੇ ਪੈਸਿਆਂ ਦੀ, ਮਾਮੇ ਦਾ ਤਾਂ ਇੰਨਾ ਸੋਹਣਾ ਵਧੀਆ ਕੰਮ ਕਾਰ ਚੱਲਦਾ, ਉਹਨੂੰ ਤਾਂ ਇੰਨੇ ਕੁ ਨਾਲ ਕੋਈ ਫਰਕ ਹੀ ਨਹੀਂ ਪੈਣਾ। ਮੰਮੀ ਰਹੀ ਗੱਲ ਇਹਦੇ ਪੇਕਿਆਂ ਦੀ, ਹਜੇ ਤਾਂ ਇਹਦੇ ਭਰਾ ਦਾ ਕੰਮ ਹੀ ਨਹੀਂ ਸੈੱਟ ਹੈਗਾ, ਫਿਰ ਵੀ ਨਾ ਉਹ ਤੁਹਾਡੀ ਕੀਤੀ ਡਿਮਾਂਡ ਕਿਤੇ ਨਾ ਕਿਤੋਂ ਪੂਰੀ ਕਰਦਾ। ਮੰਮੀ ਨਾਲੇ ਜਦੋਂ ਆਪਣੇ ਕੰਮ ਸੈੱਟ ਨੇ, ਆਪਾਂ ਨੂੰ ਇਨਕਮ ਸੋਹਣੀ ਆਉਂਦੀ ਹੈ, ਫਿਰ ਆਪਣੇ ਦੂਜਿਆਂ ਤੋਂ ਕਿਉਂ ਮੰਗਣਾ? ਕਿੱਥੇ ਤਾਂ ਮੰਮੀ ਅਗਲਾ ਖੁਸ਼ੀ 'ਚ ਖੁਸ਼ੀ ਮਨਾਉਣ ਆਉਂਦਾ, ਕਿੱਥੇ ਅਗਲਾ ਪ੍ਰੋਗਰਾਮ ਵੀ ਟੈਂਸ਼ਨ 'ਚ ਅਟੈਂਡ ਕਰਦਾ ਵੀ ਕਿਤੇ ਸਾਨੂੰ ਕੋਈ ਕੁਛ ਕਹਿ ਨਾ ਦੇਵੇ। ਰੱਬ ਨਾ ਕਰੇ ਮੰਮੀ ਆਪਣਾ ਕੰਮ ਡਾਮਾਡੋਲ ਹੋ ਜੇ, ਉਧਰੋਂ ਭੈਣ ਦੇ ਸਹੁਰੇ ਵੱਡੀ ਡਿਮਾਂਡ ਕਰ ਦੇਣ, ਫਿਰ ਤੁਸੀਂ ਸੋਚੋ ਆਪਾਂ ਕੀ ਕਰਾਂਗੇ? ਆਪਾਂ ਉਹਨਾਂ ਦੀਆਂ ਡਿਮਾਂਡਾਂ ਪੂਰੀਆਂ ਕਰਾਂਗੇ ਜਾਂ ਆਪਣਾ ਘਰ ਬਾਰ ਦੇਖਾਂਗੇ? ਚੱਲ ਕੋਈ ਨਹੀਂ ਸ਼ੈਲੀ, ਮੰਮੀ ਇੱਕ ਨਾ ਇੱਕ ਦਿਨ ਨਾ ਜ਼ਰੂਰ ਸਮਝਣਗੇ।